ਜੀ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਭਰਾ ਦੇ ਯੂਟਿਊਬ ਚੈਨਲ ਜਿੰਦਕ ਵਲੋਗਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਵੀਰਿਓ। ਅਤੇ ਮੇਰੇ ਵੀਰ ਅੱਜ ਆਪਾਂ ਆਏ ਹਾਂ ਜੀ ਦਾ ਓਰੀਜਨਲਸ ਆਲ ਸਰਪਲਸ ਆਈਟਮਸ ਮਿਲਣਗੀਆਂ ਜੀ ਇੱਥੇ 337 ਨੰਬਰ ਸ਼ੋਪ ਹੈ ਜੀ ਖੁੱਡਾ ਲਾਹੌਰਾ ਚੰਡੀਗੜ੍ਹ ਰਸਤਾ ਤੁਸੀਂ ਚੈੱਕ ਕਰ ਲਓ ਖੁੱਡੇ ਲਾਹੌਰੇ ਨੂੰ ਵੀ ਜਦੋਂ ਪਿੰਡ ਦੇ ਵਿੱਚ ਆਪਾਂ ਐਂਟਰ ਹੁੰਦੇ ਹਾਂ ਜੀ ਮੰਦਰ ਤੋਂ ਰਾਈਟ ਮੁੜ ਕੇ ਥੋੜ੍ਹੇ ਅੱਗੇ ਜਾ ਕੇ ਲੈਫਟ ਫਿਰ ਰਾਈਟ ਹੈਂਡ ਸਾਈਡ 'ਤੇ ਇਹ ਸ਼ੋਪ ਆਊਗੀ ਦਾ ਓਰੀਜਨਲਸ। ਅਤੇ ਬਾਕੀ ਚੱਲਦੇ ਹਾਂ ਜੀ ਆਪਾਂ ਅੰਦਰ ਵਰਾਇਟੀ ਦੇਖਦੇ ਹਾਂ ਜੀ ਇਹਨਾਂ ਦੀ ਕਿਹੋ ਜਿਹੀ ਆ। ਅਤੇ ਅੱਜ ਉਦਘਾਟਨ ਹੋਇਆ ਜੀ ਇਹ ਦੁਕਾਨ ਦਾ ਸਮਾਨ ਹਲੇ ਲੱਗ ਰਿਹਾ ਲਾਉਣ ਲੱਗੇ ਹੋਏ ਹਾਂ ਸਮਾਨ ਹੌਲੀ ਹੌਲੀ। ਸਤਿ ਸ਼੍ਰੀ ਅਕਾਲ ਕਰ ਦਿਓ ਹੈਲੋ ਕਰਦੇ ਚੱਲ ਹੈਲੋ ਕਰਦੇ ਹੈਲੋ ਵੀਡੀਓ ਚਲਾ ਕੇ ਦੇਖੀ ਕਲੈਰਿਟੀ ਸਹੀ ਆ ਰਹੀ ਹੈ। ਅੱਛਾ ਪਹਿਲਾਂ ਆਹ ਡਰੈਸ ਪਾ ਕੇ ਗਈ ਸੀ ਅੱਛਾ ਵਿਸਾਖੀ ਨੂੰ ਗਿਆ ਸੀ ਉਹਨਾਂ ਨੇ ਵੀ ਤਿਆਰ ਹੋ ਗਿਆ ਸਫਾਰੀ ਹੈ ਨਾ ਆ ਦੇਖ ਆਹ ਵਾਈਫਾਈ ਪਰ ਸਾਲਾ ਚਲਾਉਣ ਦਾ ਫਾਇਦਾ ਹੁੰਦਾ ਵੀਡੀਓ ਲਾਈਵ ਵੀ ਭਾਬੀ ਦੇਖੀ ਕਿੰਨੀ ਸਾਫ ਆਉਂਦੀ ਹੈ ਕੱਲੀ ਕੱਲੀ ਚੀਜ਼ ਦੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਬਾਕੀ ਆਪਾਂ ਤੁਹਾਨੂੰ ਆਈਟਮਾਂ ਦਿਖਾਉਂਦੇ ਹਾਂ ਜੀ ਥੋੜ੍ਹੀਆਂ ਬਹੁਤੀਆਂ ਨਿਗਾਹ ਮਰਵਾ ਦਿੰਦੇ ਹਾਂ ਸਾਰਿਆਂ 'ਤੇ ਬਹੁਤ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਇੱਥੇ ਟੀ ਸ਼ਰਟਾਂ ਲੋਅਰਾਂ ਜਿਮ ਵਾਲਿਆਂ ਦਾ ਸਮਾਨ ਜੀ ਅਤੇ ਪੈਂਟਾਂ ਸ਼ਰਟਾਂ ਲਵਾਈਸ ਦੀ ਪੈਂਟ ਚੈੱਕ ਕਰੋ ਜੀ ਇੱਕ ਵਾਰੀ ਜਿੱਥੇ ਮਰਜ਼ੀ ਟਰਾਈ ਕਰ ਲਿਓ ਵੀਰੇ ਜੀ ਆਹ ਰੇਟ 'ਤੇ ਤੁਹਾਨੂੰ ਕਿਤੇ ਵੀ ਮਿਲ ਜਾਵੇ ਬਟਨਾਂ ਤੱਕ ਵੀ ਲਵਾਈਸ ਲਿਖਿਆ ਹੋਇਆ ਚੈੱਕ ਕਰਿਓ ਸਾਰੇ ਵਨ ਆਰਟੀਕਲ ਹੋਣਗੇ। ਅਤੇ ਇੱਕ ਤੁਹਾਨੂੰ ਮੈਂ ਬਹੁਤ ਹੀ ਘੈਂਟ ਚੀਜ਼ ਦਿਖਾਉਂਦਾ ਇਹ 'ਚ ਕਲਰ ਵੀ ਹੈਗੇ ਹੋਰ ਹੋਏ ਕਟਰਾਈ 'ਚ ਅੱਛਾ ਇੱਕ ਅੱਜ ਪੈਂਟ ਚੈੱਕ ਕਰੋ ਜੀ ਕਾਰਗੋ ਨਵਾਂ ਟ੍ਰੈਂਡਿੰਗ ਆ ਡਿਜ਼ਾਇਨ ਆਇਆ ਵੀਰੇ ਜਿੱਥੇ ਮਰਜ਼ੀ ਟਰਾਈ ਕਰ ਲਿਓ ਚੰਡੀਗੜ੍ਹ ਪੰਜਾਬ ਦੇ ਵਿੱਚ ਜੇ ਤੁਹਾਨੂੰ ਕਿਤੇ ਮਿਲ ਵੀ ਜਾਵੇ ਤਾਂ ਫ੍ਰੀ ਦੇ ਵਿੱਚ ਪੀਸ ਦੇਵਾਂਗੇ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਇਹ ਪੀਸ ਕਿਤੇ ਨਹੀਂ ਮਿਲ ਸਕਦਾ ਟਰਾਈ ਕਰ ਲਿਓ। ਤਾਂ ਪੈਂਟਾਂ ਪੂਰੀ ਖੁੱਲ੍ਹੀ ਮੂਹਰੀ ਹੈ ਜੀ ਪੂਰੀ ਫੈਂਸੀ ਅਤੇ ਫੰਕੀ ਲੋਕਾਂ ਦੀ ਇਹਦੀ ਛੋਟੀ ਰਹੂਗੀ ਯਾਰ ਮੈਨੂੰ ਲੱਗਦਾ ਛੋਟੀ ਜਰਨਲ ਵੇਅਰ ਹੈ ਸੁਵੇਦ ਵਜਿੰਦਰ ਹੈਲੋ ਵੀਰੇ ਹੈਲੋ ਸਤਿ ਸ਼੍ਰੀ ਅਕਾਲ ਜੀ। ਨਹੀਂ ਵੀਰੇ ਆਪਣੇ ਮਾਮੇ ਦੇ ਮੁੰਡੇ ਨੇ ਸ਼ੋਪ ਕਰੀ ਹੈ ਵੀਰੇ ਰੈਡੀਮੇਡ ਕੱਪੜਿਆਂ ਦੀ ਅਤੇ ਆਪਾਂ ਤੁਹਾਨੂੰ ਕੱਪੜੇ ਦਿਖਾ ਰਹੇ ਹਾਂ ਜੀ ਰੇਟ ਚੈੱਕ ਕਰਿਓ ਨਾਲੇ ਅਤੇ ਚੀਜ਼ਾਂ ਚੈੱਕ ਕਰਿਓ ਕਾਰਗੋ ਦੇ ਵਿੱਚ ਕਟਰਾਈ ਦੇ ਵਿੱਚ ਬਹੁਤ ਸੋਹਣੀ ਪੈਂਟ ਆਈ ਹੈ ਖੁੱਡਾ ਲਾਹੌਰਾ ਜੀ ਚੰਡੀਗੜ੍ਹ ਦੇ ਕੋਲ ਆ ਵੀਰੇ ਆਏ ਹੋਏ ਆਪਾਂ ਅਤੇ ਬਹੁਤ ਸੋਹਣੀ ਲੁੱਕ ਹੈ ਜੀ ਬਹੁਤ ਟ੍ਰੈਂਡਿੰਗ ਫੈਂਸੀ ਦਲਜੀਤ ਵੱਲੋਂ ਵੀ ਪਾਇਆ ਹੋਇਆ ਡਿਜ਼ਾਇਨ ਹੈ ਇਹ
ਇਸ ਤੋਂ ਇਲਾਵਾ ਆਉਣਗੀਆਂ ਜੀ ਇਹ ਕਾਰਗੋ, ਇਹ ਕੀ ਹੈ ਪੈਂਟ ਟਾਈਪ ਕਾਰਗੋ ਨਾ ਲੋਅਰ ਟਾਈਪ ਜੀ, ਹੈ ਨਾ। ਕਲਰ ਆਪਸ਼ਨ ਮਿਲ ਜਾਣਗੇ ਤੁਹਾਨੂੰ ਕਾਫੀ ਅਤੇ ਸਾਰਾ। ਹਾਂ ਆਹ ਵੀ ਦਿਖਾਉਣਾ ਅਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਜੀ ਮੈਂ, 2-in-1 ਇੱਕ ਰੇਟ ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਮਿਲਣਗੀਆਂ। ਜੇ ਮੈਂ ਰਾਤ ਵਗੈਰਾ ਨੂੰ ਪਾਉਣਾ ਤਾਂ ਇਹਨੂੰ ਨਿੱਕਰ ਬਣਾ ਸਕਦੇ ਹਾਂ ਤੁਸੀਂ, ਨਹੀਂ ਦਿਨੇ ਤੁਸੀਂ ਇਹਨੂੰ ਲੋਅਰ ਵੀ ਐਜ਼ ਆ ਲੋਅਰ ਵੀ ਯੂਜ਼ ਕਰ ਸਕਦੇ ਹਾਂ ਵੀਰੇ। ਜਿੱਪ ਲੱਗੀ ਹੋਈ ਹੈ ਜੀ ਇੱਥੇ, ਆ ਦੇਖੋ ਜਿੱਪ ਨੂੰ ਖੋਲ੍ਹੋ, ਇਹਨੂੰ ਹਾਫ ਹਾਫ ਪੈਂਟ ਬਣਾ ਲਓ, ਨਹੀਂ ਫੁੱਲ ਵੀ ਬਣਾ ਪਾ ਕੇ ਪਾ ਸਕਦੇ ਹੋ ਤੁਸੀਂ ਇਹਨੂੰ, ਤੁਹਾਡੀ ਆਪਣੀ ਪਰਸਨਲ ਚੋਇਸ ਹੈ ਜੀ ਉਹ। ਅਤੇ ਇਹਦੇ ਵਿੱਚ ਕਲਰ ਆਪਸ਼ਨ ਵੀ ਮਿਲ ਜਾਣਗੇ ਤੁਹਾਨੂੰ ਕਾਫੀ। ਬਾਈ ਅਸੀਂ ਨਹੀਂ ਕਰਦੇ ਜੀ 800 ਵਾਲੀ ਨੂੰ, ਨਾ ਸੋਰੀ 400 ਵਾਲੀ ਨੂੰ 800 'ਚ। ਇਹਦੇ ਵਿੱਚ ਰੈਡੀਮੇਡ 'ਚ ਵੀਰੇ ਮਾਰਜਨ ਬਹੁਤ ਜ਼ਿਆਦਾ ਰੱਖਿਆ ਹੁੰਦਾ ਲੋਕਾਂ ਨੇ, ਪਰ ਆਪਾਂ ਨੇ ਮਾਰਜਨ ਸਾਰੇ ਹੀ 20-25% ਮਾਰਜਨ ਰੱਖਣਾ। ਮਤਲਬ ਜੇ 100 ਰੁਪਏ ਚੀਜ਼ ਵੇਚਣੀ ਹੈ ਤਾਂ ਉਹਦੇ ਵਿੱਚ 25-30 ਰੁਪਏ ਲਵਾਂਗੇ, ਇਹ ਤੋਂ ਵੱਧ ਨਹੀਂ ਲੈਂਦੇ ਆਪਾਂ, ਕਿਉਂਕਿ ਆਪਣਾ ਸਾਰਾ ਸਮਾਨ ਆਉਂਦਾ ਜੀ ਸਰਪਲੱਸ ਦਾ, ਓਰੀਜਨਲ ਬ੍ਰਾਂਡਡ ਚੀਜ਼ਾਂ ਹੋਣਗੀਆਂ ਸਾਰੀਆਂ। ਮੇਡ ਇਨ ਬੰਗਲਾਦੇਸ਼, ਕਲਕੱਤਾ ਦੇ ਬੈਂਗਲੌਰ ਤੋਂ ਵੀਰੇ। ਫਿਰ ਤੁਹਾਨੂੰ ਪਤਾ ਟਰਾਂਸਪੋਰਟ ਦਾ ਖਰਚਾ ਵੀ ਪੈਂਦਾ ਉਹਦੇ 'ਤੇ, ਤਾਂ ਕਰਕੇ 20-25-30% ਤੱਕ ਲੈਣਾ ਪੈਂਦਾ ਏ, ਪਰ ਆਪਣਾ 50% ਦਾ ਮਾਰਜਨ ਨਹੀਂ ਵੀਰੇ ਹੈਗਾ। ਅਤੇ ਬਾਕੀ ਬਾਕੀ ਇੱਕ ਵਾਰ ਰੇਟ ਕਨਫਰਮ ਜ਼ਰੂਰ ਕਰਕੇ ਜਾਇਓ, ਅਤੇ ਸੇਮ ਚੀਜ਼ ਤੁਸੀਂ ਬ੍ਰਾਂਡ ਦੇ ਵਿੱਚ ਜਾ ਕੇ ਚੈੱਕ ਕਰ ਲਿਓ ਅਤੇ ਇੱਥੇ ਆ ਕੇ ਚੈੱਕ ਕਰ ਲਿਓ। ਹਾਂ ਡੀ ਕੈਥਲੋਨ ਦੀ ਹੈ ਜੀ ਇਹ। ਅੱਛਾ ਸੇਮ ਏ, ਖਾਸੀਆਂ ਲਿਆਂਦੀਆਂ ਹਾਂ ਤਾਂ, ਹੈ ਨਾ। ਇਹ 'ਚ ਕਲਰ ਨਹੀਂ ਮਿਲਿਆ ਹੈ ਨਾ, ਪਰ ਜਿਵੇਂ ਬਲੈਕ ਬਲੂ ਕਲਰ ਮਿਲਦਾ ਇਹ 'ਚ। ਨਾ ਲਓ ਜੀ ਆਹ ਕਲਰ ਘੈਂਟ ਹੈ, ਗ੍ਰੀਨ ਹੈ ਕਾਫੀ ਹੈ, ਲਾਈਟ ਬੋਟਲ ਗ੍ਰੀਨ ਕਲਰ ਹੈ। ਮਾਰੋ ਜੀ ਨੀਗਾ ਕਰੋ ਚੈੱਕ, ਇਹ ਪਾਉਂਦੇ ਹਾਂ ਮੁੰਡੇ ਖੁੰਡਿਆਂ ਲਈ ਵੀਰੇ ਪੈਂਟਾਂ ਇਹ। ਜੇਕਰ ਕੋਈ ਸਿੰਪਲ ਸੋਬਰ ਵੀ ਲੈਣਾ ਚਾਹੁੰਦਾ ਤਾਂ ਤੁਹਾਨੂੰ ਉਹ ਵੀ ਮਿਲਣਗੀਆਂ। ਆਪਾਂ ਨੇ ਉਹਦਾ ਆਪਣੇ ਕੋਲ ਹੈਗਾ ਜੀ ਸਿਰਫ ਜੀਨ ਟੀ ਸ਼ਰਟ ਸ਼ਾਰਟਸ, ਲੋਅਰ ਲੋਅਰ ਟੀ ਸ਼ਰਟ ਕੋਲਰ ਵਾਲੀ ਸ਼ਰਟ, ਬੈਲਟਾਂ ਡਿਊ ਅਤੇ ਕੋਟਨ ਦੀਆਂ ਅਤੇ ਕੈਪਸ, ਜੋ ਵੀ ਮਤਲਬ ਰੈਡੀਮੇਡ ਦੇ ਵਿੱਚ ਹੁੰਦਾ ਆਲ ਓਵਰ ਕਵਰ ਕਰਾਂਗੇ ਵਿਦਆਊਟ ਫੋਰਮਲ ਪੈਂਟਾਂ, ਬਸ ਉਹ ਨਹੀਂ ਆਪਾਂ ਨੇ ਰੱਖਣੀਆਂ ਜੀ। ਕਰੋ ਲੋਅਰ ਚੈੱਕ, ਹਾਂਜੀ ਵੀਰੇ ਅੱਜ ਹੀ ਉਦਘਾਟਨ ਕਰਿਆ ਜੀ ਸ਼ੋਪ ਦਾ, ਅੱਜ ਸ਼ੁਰੂ ਕਰ ਰਿਹਾ ਸਮਾਨ, ਬਸ ਉਦਘਾਟਨ ਹੋ ਗਿਆ, ਸਮਾਨ ਲਾਉਣ ਲੱਗੇ ਹੋਏ ਆ, ਲਿਫਾਫਿਆਂ 'ਚ ਭਰਿਆ ਪਿਆ ਏ। ਇਹ ਬ੍ਰਾਂਡ ਦਿੰਦਾ ਹੈ, ਹਾਂਜੀ ਹਾਂਜੀ, ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ। ਬਾਕੀ ਆ ਐਲ ਈ ਡੀ ਵਗੈਰਾ ਲਾਈ ਆਪਾਂ ਨੇ, ਅਤੇ
ਜੀ, ਬਾਕੀ ਦੁਕਾਨ ਦੀ ਲੁੱਕ ਦੱਸੋ ਜੀ ਕਿਵੇਂ ਲੱਗੀ ਤੁਹਾਨੂੰ। ਬਾਕੀ ਲੱਗੇ ਹੋਏ ਆ ਜੀ ਸਮਾਨ ਲਾਉਣ, ਤੇ ਤੁਹਾਨੂੰ ਬਾਕੀ ਟੀ ਸ਼ਰਟਾਂ ਦਿਖਾਉਂਦੇ ਹਾਂ ਜੀ ਆਪਾਂ। ਇੱਧਰ ਪੱਖਾ ਕਹਿੰਦੇ ਲਾ ਲਿਆ ਵੈਸੇ ਹੀ ਟ੍ਰਾਈ ਰੂਮ ਚ ਯਾਰ, ਗਰਮੀ ਚ ਬਹੁਤ ਗਰਮੀ ਹੁੰਦੀ ਗੱਲ ਕਰਦੇ ਬੇਟਾ ਪੜਾ। ਇੱਥੇ ਫਿਰ ਉਹ ਹੈਗਾ ਡੋਰ, ਹੈਗਾ ਡੋਰ ਲਵਾਉਣਾ ਪੈਣਾ ਨਾ, ਉਹ ਹੈਗਾ ਉੱਪਰ ਪਰਦੇ ਵਾਲਾ ਪੈਪ। ਅੱਛਾ, ਮੈਂ ਇਹਨਾਂ ਦਾ ਕੰਮ ਹੀ ਹੈ। ਹਾਂ ਠੀਕ ਹੈ, ਪਰਦਾ ਕਿ ਲੈ ਤੋ ਲਿਆ। ਮੈਂ ਤਾਂ ਕੀ ਦੋ ਹਾਂਜੀ ਹਾਂਜੀ, ਆਪਾਂ ਹਲੇ ਰੇਡੀਓ ਨਹੀਂ ਹੋਏ ਯਾਰ, ਤੇ ਬਾਕੀ ਸਮਾਨ ਰੱਖ ਰਹੇ ਆ। ਵਾਹ ਕੀ ਆ ਓਏ ਪੋਚਾ ਜਾ, ਆ ਕੀ ਚੀਜ਼ ਆ ਉਹਦੇ ਨਾਲ ਵੱਡੇ ਨਾਲ। ਅੱਛਾ, ਝਾੜੂ ਲਾਉਣ ਦੀ ਲੋੜ ਨਹੀਂ ਆਈ ਫਿਰ ਤੋਂ। ਅੱਛਾ, ਵੈਕਿਊਮ ਨਾਲ ਬਸ ਐਂ ਚੱਕੀ ਚੱਲੋ ਹੈ। ਹਾਂ ਉਹ ਤਾਂ ਮੈਨੂੰ ਪਤਾ, ਇਹਦੇ ਵਿੱਚ ਸਮਾਨ ਹੈ ਬਹੁਤ ਫਸਿਆ ਪਿਆ ਤੇਰਾ, ਹੈਂ ਸਮਾਨ ਬਹੁਤ ਫਸਿਆ ਪਿਆ, ਨਿਕਲੂਗਾ ਕਿਵੇਂ ਇਹ ਵਿੱਚ ਤੇ ਕਲਿੱਪ ਕਲੁੱਪ ਜੇ ਸਾਲੇ ਆ। ਮੋਟੀ ਚੀਜ਼ ਨੀ ਇਹਨੂੰ ਲੰਘਦੀ, ਬਸ ਮਿੱਟੀ ਮੁੱਟੀ ਲਈ ਠੀਕ ਆ, ਜਿਵੇਂ ਮੈਟ ਮੂਟ ਤੇ ਮਾਰਨਾ ਹੋਵੇ, ਮੈਟ ਮੂਟ ਤੇ ਮਾਰਨੇ ਨੂੰ ਠੀਕ ਆ। ਦੂਜਾ ਮੋਟੇ ਵਾਲਾ, ਇਹ ਸਿਰਫ ਮੈਟ ਮੂਟ ਤੇ ਆ ਨਾ, ਬਸ ਹੁਣ ਚੱਪਲਾਂ ਗਿੱਲੇ ਵਾਲਿਆਂ ਨੂੰ ਅੰਦਰ ਆਉਣ ਦੇ ਇਹਦੇ ਪਰ, ਇਹਦੇ ਪਰ ਪਰ ਹੈ ਤਾਂ ਇਹ ਵੀ ਠੀਕ ਹੈ ਨਾ, ਸਾਜ ਤਾਂ ਸਾਫ਼ ਹੋ ਜਾਣਾ ਨੇ ਇਹਦੇ ਪਰ ਤਾਂ। ਨਹੀਂ ਨਹੀਂ, ਜਿਵੇਂ ਮੀਂਹ ਮੂੰਹ ਪੈਂਦਾ ਹੁੰਦਾ ਗਾਰੇ ਨਾਲ ਲਿਬੜੀ ਵੀ ਨਹੀਂ ਆ ਜਾਂਦੇ ਬਈ। ਚਲੋ ਜੀ ਬਾਕੀ ਦਿਖਾਉਂਦੇ ਹੁਣ ਆਪਾਂ ਤੁਹਾਨੂੰ ਟੀ ਸ਼ਰਟਸ, ਇਹ ਹੈਗੀਆਂ ਜੀ ਲੈਕਰਾ ਦੀਆਂ ਟੀ ਸ਼ਰਟਸ ਵੀਰੇ, ਕੋਲਰ ਵਾਲੀਆਂ ਲੈ ਲਓ ਚਾਹੇ ਬਿਨ ਵਿਦਆਊਟ ਕੋਲਰ ਲੈ ਲਓ, ਪਿਓਰ ਕੋਟਨ ਦੀ ਟੀ ਸ਼ਰਟ ਆਉਣਗੀਆਂ। ਅਤੇ ਬਾਕੀ ਆ ਦੇਖੋ ਜੀ, ਇਹ ਜਿਵੇਂ ਜਿੰਮ ਵਗੈਰਾ ਲਈ ਆ ਜੀ, ਉਹਨਾਂ ਲਈ ਆ ਇਹ ਜਿੰਮ ਵੀਅਰ ਵਾਲੇ ਵਾਸਤੇ, ਜਿਵੇਂ ਸਵੈਟ ਵਗੈਰਾ ਹੁੰਦਾ ਨਾ ਪਸੀਨਾ ਵਗੈਰਾ ਆ ਜਾਂਦਾ ਤਾਂ ਇਹ ਸੋਕ ਲੈਂਦੇ ਉਹਨੂੰ। ਅੰਡਰ ਆਰਮਰ ਦਾ ਇਹ ਹੈ ਨਾ, ਰੇਟ ਹਲੇ ਆਪਾਂ ਨੇ ਇਹਨਾਂ ਨੇ ਸਾਰਿਆਂ ਤੇ ਲਾਉਣੇ ਆ ਜੀ। ਰੇਟ ਨਾ ਲਾ ਲਿਆ ਘਰ ਪੈਂਟਾਂ ਪਰ, ਜਿਵੇਂ ਆਹ ਹੁੰਦੇ ਇਹਨਾਂ ਦੇ ਟੈਗ, ਨਹੀਂ ਨਹੀਂ ਰੇਟ ਹੁਣ ਲਾ ਲਿਆ ਕਰਨਾ ਫਿਰ, ਜਿਹੜੇ ਨਾਲ ਤੈਨੂੰ ਆਈਡੀਆ ਰਹੇ। ਤੇ ਬਾਕੀ ਆ ਦੇਖੋ ਜੀ ਲੋਅਰ ਸਫਦਾਰ ਗੁੱਜਰ, ਅੱਛਾ ਨਿੱਕਰ, ਇਹ ਨਿੱਕਰ ਸੋਰੀ ਇਹ ਦੂਈ ਆ ਨਾ, ਗੋਡਿਆਂ ਥੱਲੇ ਤੱਕ ਜਾਂਦੀ ਜਿਹੜੀ ਲੌਂਗ ਨਿੱਕਰ, ਜੇਬ ਵਾਲੀਆਂ ਜੇਬਾਂ ਵੀ ਹੈ।
ਚਲੋ ਜੀ ਬਾਕੀ ਦ ਰੇਨਬੋ ਸਿਸਟਰ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਊ ਆਰ ਯੂ ਸਾਡੀ ਫੋਟੋ ਕਲਿੱਕ ਕਰ ਲਈ ਸੀਗੀ ਤੁਸੀਂ ਹਾਂ ਲਿਓ ਦੋ ਫੋਨ ਹਾਂ ਤਾਂ ਮੈਂ ਇੱਕ ਫੋਟੋ ਕਲਿੱਕ ਕਰ ਲਈ ਅੱਗਾ ਨੂੰ ਵੀਡੀਓ ਬਣਾ ਕੇ ਭੇਜਣੀ ਦੀ ਯਾਰ ਪੇਤੀ ਪਰ ਠੀਕ ਹੈ ਲਾਈਟਾਂ ਬਾਲ ਦੇ ਫਟ ਜੇ ਮੈਂ ਦੇਖਾਂ ਲੋੜ ਹੈਗੀ ਲਾਈਟ ਦੀ ਕਿ ਨਹੀਂ 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 ਬਾਈ ਇਹ ਹਮਾਰੀ ਆਪਣੀ ਸ਼ੋਪ ਹੈ ਕਹਿੰਦਾ ਸ਼ੋਪਿੰਗ ਕਰਨ ਆਏ ਹੋਏ ਆ ਮੈਂ ਨਹੀਂ ਜੀ ਆਪਣੀ ਸ਼ੋਪ ਹੈ ਆ ਕੱਢ ਦਿਓ ਆਹ ਬਲਿਊ ਜਾ ਕੇ ਰੱਖਣਾ ਹੈ ਨਹੀਂ ਇਹਦੇ ਪਰ ਬਹਿ ਕੇ ਵੀ ਫੋਟੋ ਖਿਚਾ ਸਕਦਾ ਇੱਕ ਜਣਾ ਹਾਂ ਐਂ ਸਹੀ ਰਹੂ ਨਹੀਂ ਨਹੀਂ ਡਨ ਭਾਬੀ ਦੋਹਾਂ ਚੱਖਾਂ ਬੰਦ ਆ ਤੇਰੀ ਦੋਨਾਂ ਚੱਖਾਂ ਬੰਦ ਆ ਗਈਆਂ ਹੁਣ ਫਿਰ ਵੀ ਖੁੱਲੀ ਆ ਪਹਿਲਾਂ ਤੇ ਦੋਹਾਂ ਚ ਦੇਖੋ ਬੰਦ ਆ ਕਿਆ ਚੱਕਣਾ ਚੰਮਚ ਚੱਕ ਲੈ ਆਹ ਮਿੱਠਾ ਵੀ ਚੱਕ ਲਈ ਉਰੇ ਮਿੱਠਾ ਨਾ ਛੱਡ ਜੀ ਹੈਲੋ ਕੈਸੇ ਹੋ ਦੇ ਆਇਆ ਕਰਾਂ ਤਾਂ ਮੈਂ ਹੋਰ ਠੀਕ ਠਾਕ ਹੋ ਜਾਓ ਜੀ ਜਾਓ ਭਾਈ ਖੇਲੋ ਜੀ ਖੇਲੋ ਮੈਂ ਮਾੜਾ ਜਿਹਾ ਇੱਧਰ ਘੁੰਮਿਆ ਵਾਂ ਅਤੇ ਖੜੀਆਂ ਜੀ ਬੱਚੀਆਂ ਬੈਠੀਆਂ ਕੁਛ ਕੁ ਜੇ ਮੈਂ ਅੰਦਰ ਚਲੇ ਗਿਆ ਫਿਰ ਇਹਨਾਂ ਨੇ ਉੱਠ ਜਾਣਾ ਚਲੋ ਆਪਾਂ ਨੇ ਕਾਹਨੂੰ ਅੰਦਰ ਜਾਣਾ ਠਾਲਣਾ ਇਹਨਾਂ ਨੂੰ ਆਹ ਦੋ ਉੱਠ ਖੜੀਆਂ ਅਤੇ ਇਹ ਹੈਗੀਆਂ ਜੀ ਕੱਟੀਆਂ ਗਏ ਆਪਾਂ ਨੇ ਤਿੰਨ ਗਏ ਰੱਖਿਓ ਸੋਰੀ 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 ਬਹਿ ਜਾਓ ਬਹਿ ਜਾਓ ਬਹਿ ਜਾਓ ਡੋਂਟ ਵਰੀ ਮੈਂ ਨਹੀਂ ਆਉਂਦਾ ਅੰਦਰ ਅਤੇ ਇਹ ਹੈਗਾ ਜੀ ਬਾੜਾ ਆਪਣਾ ਡੰਗਰਾਂ ਵਾਲਾ ਇੱਥੇ ਹੁਣ ਮੋਸਟਲੀ ਸਾਰਿਆਂ ਨੇ ਜਿਵੇਂ ਆਹ ਸਾਈਡ ਵਿੱਤੀ ਵੀ ਸਾਡੇ ਬਾੜਾ ਹੀ ਹੁੰਦਾ ਸੀ ਡੰਗਰਾਂ ਨੇ ਇਹਨਾਂ ਨੇ ਢਾਹ ਕੇ ਇਹਨੂੰ ਤਿੰਨ ਮੰਜ਼ਲੀ ਕੋਠੀ ਬਣਾਤੀ 90,000 ਰੁਪਇਆ ਰੈਂਟ ਆ ਰਿਹਾ ਮੋਸਟਲੀ ਇੱਥੇ ਕਿਰਾਏਦਾਰ ਬਹੁਤ ਜ਼ਿਆਦਾ ਹੈ ਕੁੱਡੇ ਲਾਹੌਰੇ ਦੇ ਵਿੱਚ ਪਹਿਲਾਂ ਆਪਾਂ ਵੀ ਐਂ ਸੋਚ ਰਹੇ ਵੀ ਹੁਣ ਆਹ ਬਾੜਾ ਡੰਗਰ ਵੇਚ ਕੇ ਨਾ ਐਵੇਂ ਹੀ ਕੋਠੀ ਬਣਾ ਕੇ 80-90,000 ਰੁਪਇਆ ਰੈਂਟ ਆ ਰਿਹਾ ਜੀ ਆਹ ਪੂਰੀ ਬਿਲਡਿੰਗ ਦਾ ਆਹ ਬਿਲਡਿੰਗ ਕਰ ਲਓ ਪਹਿਲਾਂ ਇਹਨਾਂ ਨੇ ਵੀ ਡੰਗਰ ਰੱਖੇ ਹੋਏ ਸੀਗੇ ਫਿਰ ਵੇਚ ਕੇ ਇਹਨਾਂ ਨੇ ਬਿਲਡਿੰਗ ਪਾ ਲਈ ਕਿਉਂਕਿ ਇੱਥੇ ਕਿਰਾਏਦਾਰ ਵਾਧੂ ਹੈ ਅਤੇ ਬਾਕੀ ਜੀ ਆਹ ਸ਼ੋਪ ਹੈ ਜੀ ਅਤੇ ਔਨਲਾਈਨ ਵੀ ਔਡਰ ਕਰ ਸਕਦੇ ਹੋ ਤੁਸੀਂ ਐਡਵਾਂਸ ਪੇਮੈਂਟ ਹੋਊਗੀ ਵੀਰੇ 40 ਰੁਪਏ ਇੱਕ ਕਿਲੋ ਦੇ ਹਿਸਾਬ ਨਾਲ ਖਰਚਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਆਹ ਵੀ ਆਪਣਾ ਘਰ ਹੈ ਜੀ ਸਾਰੀ ਆਹ ਬਿਲਡਿੰਗ ਆਪਾਂ ਨੇ ਸਾਰਿਆਂ ਕਿਰਾਏ 'ਤੇ ਦਿੱਤੀ ਹੋਈ ਆਪਾਂ ਨੇ ਆਹ ਇਹ ਤੋਂ ਆ ਰਿਹਾ ਜੀ ਆਪਾਂ ਨੂੰ ਰੈਂਟ 40-35-70,000 ਰੁਪਇਆ ਆਹ ਪੂਰੀ ਬਿਲਡਿੰਗ 'ਚੋਂ ਅਤੇ ਮਤਲਬ ਐਂ ਮੰਨ ਲਓ ਵੀ ਜਿਹਦੇ ਕੋਲ ਗੁੱਡੇ ਲਾਹੌਰੇ ਦੇ ਵਿੱਚ ਜਗ੍ਹਾ ਹੈ ਅਤੇ ਉਹਨੇ ਰੈਂਟ 'ਤੇ ਕਮਰੇ ਪਾਏ ਹੋਏ ਆ ਤਾਂ ਇੱਕ ਗੌਰਮੈਂਟ ਜੋਬ ਜਿੰਨੀ ਸੈਲਰੀ ਮਿਲ ਜਾਂਦੀ ਹੈ ਹੈਂ ਉਹ ਯਾਰ ਇਹਦੀ ਇੱਕ ਲਾਈਟ ਪਵਾ ਕੇ ਲੈਣੀ ਬੜਾ ਇਲ ਤੋਂ ਹਾਂ ਉਹ ਤਾਂ ਮੈਂ ਸਮਝ ਗਿਆ ਲਾ ਦਿੰਦਾ
ਤੇ ਆਹ ਵਾਲੀ ਬਿਲਡਿੰਗ 'ਚੋਂ ਆਹ ਵੀ ਮੇਰੇ ਸਾਡੇ ਆ, ਇਹ ਛੋਟਾ ਨੂੰ ਮਾਮਾ ਜੀ ਮੇਰਾ, ਇਹਨੂੰ ਵੀ ਰੈਂਟ ਆ ਰਿਹਾ ਆਪਾਂ ਨੂੰ ਘੱਟੋ ਘੱਟ ਨਹੀਂ 30,000 ਰੁਪਈਆ ਇਹਨਾਂ 'ਚੋਂ। ਇਹ ਹੈਗਾ ਜੀ ਮੇਰੇ ਸਭ ਤੋਂ ਵੱਡੇ ਮਾਮਾ ਜੀ ਦਾ ਘਰ। ਅਤੇ ਆਹ ਨੀਲ ਦੀਆਂ ਬੋਤਲਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਕੁੱਤੇ ਜਿਹੜੇ ਗੰਦ ਪਾਉਂਦੇ ਆ ਤਾਂ ਤੁਸੀਂ ਆਪਣੇ ਘਰ ਦੇ ਬਾਹਰ ਐਵੇਂ ਦੀਆਂ ਬੋਤਲਾਂ ਟੰਗ ਦਿਓ ਵੀਰੇ। ਮੁੜ ਕੇ ਕੁੱਤੇ ਗਲੀ 'ਚ ਤਾਂ ਗੰਦ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ, ਵੜਨਗੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਆਹ ਰੰਗ ਤੰਗ ਬਹੁਤ ਕਰਦਾ। ਅਤੇ ਬਾਕੀ ਹੁਣ ਚੱਲੀਏ ਜੀ ਆਪਾਂ, ਥੋੜ੍ਹਾ ਜਿਹਾ ਰੈਸਟ ਕਰੀਏ।